ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾ ਸੰਗਤ ਜੀ ਉਹ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਵਿਖੇ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਜੋ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਉਹਨਾਂ ਦੀ ਜੋ ਲੜੀਵਾਰ ਕਥਾ ਹੈ ਜੋ ਵਿਚਾਰ ਹੈ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ ਸ਼ਰੋਭਤ ਹਨ ਤੇ ਇੱਕ ਸ਼ਲੋਕ ਹੈ। ਤੋਂ ਉਹਨਾਂ ਦੇ ਜੋ ਸ਼ਬਦ ਦੀ ਵਿਚਾਰ ਹੈ ਉਹ ਲੜੀਵਾਰ ਅੱਜ ਸ਼ੁਰੂ ਕੀਤੀ ਜਾ ਰਹੀ ਹੈ। ਕਿਉਂਕਿ ਜੋ ਸ਼ਬਦ ਦੀ ਵਿਚਾਰ ਹੈ ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਜੋ ਗੁਰਬਾਣੀ ਹੈ ਉਸ ਨੂੰ ਮੰਤਰ ਜਾਪ ਕਰਕੇ ਪੜਿਆ ਜਾਂਦਾ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਇਥੋਂ ਦੀ ਸੰਸਕ੍ਰਿਤੀ ਸੀ ਜੋ Hindu ਸੰਸਕ੍ਰਿਤੀ ਸੀ ਉਹ ਮੰਤਰਾਂ ਦੇ ਜਾਪ ਤੇ ਜ਼ੋਰ ਦਿੰਦੀ ਸੀ ਤਰ੍ਹਾਂ ਤਰ੍ਹਾਂ ਦੇ ਮੰਤਰ ਬਣੇ ਹੋਏ ਸਨ ਉਹਨਾਂ ਨੂੰ ਜਪਣਾ ਉਹਨਾਂ ਨੂੰ ਜਪ ਕੇ ਹੀ ਆਪਣੀ ਜੋ ਮਨੋ ਕਾਮਨਾ ਪੂਰੀ ਕਰਨ ਦਾ ਸਿਧਾਂਤ ਚੱਲਦਾ ਸੀ ਤੋ ਲੇਕਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਮੰਤਰ ਜਾਪ ਨਹੀਂ ਹੈ ਇਹ ਕੇਵਲ ਤੇ ਕੇਵਲ ਪਾਠ ਕਰਨ ਵਾਸਤੇ ਨਹੀਂ ਹੈ ਗੁਰਬਾਣੀ ਨੂੰ ਸਮਝਣਾ ਹੈ ਗੁਰਬਾਣੀ ਨੂੰ ਵਿਚਾਰਨਾ ਹੈ ਜੋ ਵਿਚਾਰ ਨਿਕਲਦੀ ਹੈ ਉਹਦੇ ਅਨੁਸਾਰ ਆਪਣਾ ਜੀਵਨ ਚਲਾਉਣਾ ਹੈ ਆਪਣੇ ਜੀਵਨ ਨੂੰ ਢਾਲਣਾ ਹੈ ਤਾਂ ਹੀ ਇਸ ਸੰਸਾਰ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਜੋ ਸੋਚ ਹੈ ਗੁਰੂਆਂ ਦੀ ਇਸ ਸੰਸਾਰ ਦੇ ਉੱਤੇ ਉਹ ਜੋ ਦੇ ਕੇ ਗਏ ਉਪਦੇਸ਼ ਹਨ ਉਹ ਦੇ ਅਨੁਸਾਰ ਚੱਲ ਕੇ ਸੰਸਾਰ ਦਾ ਭਲਾ ਹੋ ਸਕਦਾ ਹੈ। ਤੋਂ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਧੀਆ ਰਮਾਲੇ ਚੜਾ ਦੇਣੇ ਜਾਂ ਹੋਰ ਬਹੁਤ ਸਾਰੇ ਮਾਇਆ ਦੇ ਦੇਣੀ ਹੀ ਸੇਵਾ ਨਹੀਂ ਹੈ। ਅਸਲ ਸੇਵਾ ਜੋ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰੂ ਦੀ ਅਸਲ ਸੇਵਾ ਹੈ ਉਹਦੇ ਸ਼ਬਦ ਦੀ ਵਿਚਾਰ ਕਰਨੀ ਪਾਠ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਵਿਚਾਰਨਾ ਇਹ ਹੈ ਗੁਰੂ ਦੀ ਸੇਵਾ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋ ਇਸ ਕਰਕੇ ਸਤਗੁਰ ਕੋ ਸਭ ਕੋ ਦੇਖਦਾ ਦੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਸੋ ਜੋ ਸਾਨੂੰ ਫਾਇਦਾ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿਰਫ ਪੜਨ ਤੋਂ ਨਹੀਂ ਹੋਣਾ ਹੈ ਸਾਨੂੰ ਜਿੰਨਾ ਚਿਰ ਅਸੀਂ ਉਹਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਕਿ ਗੁਰਦੁਆਰਾ ਸ੍ਰੀ ਗੁਰੂ ਅਰਦਾਸ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਤੋਂ ਜੋ ਅੱਜ ਸਤਿਗੁਰੂ ਅਰਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਲੜੀਵਾਰ ਵਿਚਾਰ ਸ਼ੁਰੂ ਕੀਤੀ ਜਾ ਰਹੀ ਹੈ ਤੇ ਆਪਾਂ ਅੱਜ ਪਹਿਲਾਂ ਉਸ ਜੋ ਉਹਨਾਂ ਦਾ ਪਹਿਲਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਉਹਦਾ ਪਾਠ ਕਰਾਂਗੇ ਉਸ ਤੋਂ ਬਾਅਦ ਉਹਦੀ ਵਿਚਾਰ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤ ਰੰਗ ਜੈਸਾ ਜੋ ਪੇ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ ਸਰੀਰ ਅਰਾਧੈ ਮੋਹ ਕੋ ਵਿਚਾਰ ਦੇਹੁ ਰਵਿਦਾਸ ਸੰਦਲ ਸਮਝਾਵੇ ਕੋ ਸਰੀਰ ਅਰਾਧੈ ਮੋਕੋ ਵਿਚਾਰ ਦੇਹੁ ਰਬਦਾਸ ਸਮਦਲ ਸਮਝਾਵੇ ਕੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਦਾ ਜੋ ਪਹਿਲਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਉਹਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਹੁਣ ਇਹ ਸ਼ਬਦ ਦੀ ਵਿਚਾਰ ਕਰੀਏ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਸਤਿਗੁਰੂ ਰਬਦਾਸ ਜੀ ਮਹਾਰਾਜ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਹੁੰਦੇ ਹਨ ਕਿ ਇਹ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਤੇਰੇ আর ਮੇਰੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਹੈ। ਤੋਂ ਇਸ ਕਰਕੇ ਸ਼ਬਦ ਦੇ ਵਿੱਚ ਸਤਿਗੁਰੂ ਰਵਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਅੰਤਰ ਬਾਹਰ ਸਰਬ ਨਿਰੰਤਰ ਰਵ ਰਹਾ ਪ੍ਰਭ ਸੋਏ। ਕਿ ਜੋ ਉਹ ਅਕਾਲ ਪੁਰਖ ਵਹਿਗੁਰੂ ਹੈ ਉਹ ਹਰ ਜਗ੍ਹਾ ਮੌਜੂਦ ਹੈ। ਪ੍ਰਭ ਤੁਦੋ ਖਾਲੀ ਕੋ ਨਹੀਂ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੋਂ ਕੋਈ ਵੀ ਜਗ੍ਹਾ ਖਾਲੀ ਨਹੀਂ ਹੈ ਉਹ ਹਰ ਜਗ੍ਹਾ ਮੌਜੂਦ ਹੈ ਤੋ ਇਸ ਕਰਕੇ ਜਿੱਥੇ ਸਤਗੁਰੂ ਰਬਦਾਸ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਗੱਲ ਕਰਦੇ ਹਨ ਪਰ ਸਮਝਣਾ ਅਸੀਂ ਹੈ ਸਮਝਾ ਉਹ ਸਾਨੂੰ ਰਹੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੂੰ ਮੇਰੇ ਵਿੱਚ ਹੈ ਮੈਂ ਤੇਰੇ ਵਿੱਚ ਹਾਂ ਤੋਹੀ ਮੋਹੀ ਮੋਹੀ ਤੋਹੀ ਤੇਰੇ আর ਮੇਰੇ ਦੇ ਵਿੱਚ ਕੋਈ ਫਰਕ ਨਹੀਂ ਹੈ ਵਿਥ ਨਹੀਂ ਹੈ ਭੇਦ ਨਹੀਂ ਹੈ ਕੋਈ ਅੰਤਰ ਨਹੀਂ ਕੋਈ ਫਾਸਲਾ ਨਹੀਂ ਐਸੀ ਇਸ ਤਰ੍ਹਾਂ ਸਮਝਣਾ ਇਸ ਨੂੰ ਸਤਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਤੇਰੇ আর ਮੇਰੇ ਦੇ ਵਿੱਚ ਕੋਈ ਵਿਥ ਨਹੀਂ ਹੈ ਇਸ ਕਰਕੇ ਸਤਗੁਰੂ ਰਵਿਦਾਸ ਜੀ ਮਹਾਰਾਜ ਆਪਣੇ ਸ਼ਬਦਾਂ ਦੇ ਵਿੱਚ ਹੋਰ ਜਗ੍ਹਾ ਵੀ ਸਮਝਾਉਂਦੇ ਹਨ ਕਿ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਕਿ ਏ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੂੰ ਤਾਂ ਮੈਨੂੰ ਮੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਜੀਵ ਦੇ ਲਈ ਜੇ ਸਭ ਤੋਂ ਨੇੜੇ ਕੋਈ ਚੀਜ਼ ਹੈ ਉਹ ਰੱਬ ਹੈ ਇਸ ਤਰ੍ਹਾਂ ਸਤਿਗੁਰੂ ਰਦਾਦੀ ਮਹਾਰਾਜ ਸਮਝਾਉਂਦੇ ਨੇ ਕਿ ਏ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੇਰੇ আর ਮੇਰੇ ਦੇ ਵਿੱਚ ਜਦੋਂ ਕੋਈ ਫਰਕ ਹੀ ਨਹੀਂ ਹੈ ਜਦੋਂ ਤੇਰੇ আর ਮੇਰੇ ਦੇ ਵਿੱਚ ਕੋਈ ਫਾਸਲਾ ਨਹੀਂ ਕੋਈ ਦੂਰੀ ਨਹੀਂ ਕੋਈ ਵਿਥ ਨਹੀਂ ਹੈ ਤਾ ਜਿਹੜੋ ਤੈਨੂੰ ਪਾਉਣ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਇਹਦਾ ਕੀ ਮਤਲਬ ਹੋਇਆ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਫਿਰ ਉਹ ਅੱਗੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੋਨਾ ਸੋਨਾ ਅਰ ਸੋਨੇ ਦੇ ਗਹਿਣੇ ਦੋ ਚੀਜ਼ਾਂ ਹੋ ਗਈਆਂ ਇੱਕ ਸੋਨਾ ਹੋ ਗਿਆ ਇੱਕ ਸੋਨੇ ਦੇ ਗਹਿਣੇ ਹੋ ਗਏ ਪਰ ਉਹਨਾਂ 'ਚ ਫਰਕ ਕੋਈ ਨਹੀਂ ਹੈ ਸੋਨੇ ਦੇ ਵਿੱਚ ਗਹਿਣੇ ਨੇ ਗਹਿਣਿਆਂ ਵਿੱਚ ਸੋਨਾ ਹੈ ਇਸੇ ਤਰ੍ਹਾਂ ਅਸੀਂ ਰੱਬ ਵਿੱਚ ਹਾਂ ਰੱਬ ਸਾਡੇ ਵਿੱਚ ਹੈ ਅੰਤਰ ਕੈਸਾ ਕਾਨਕ ਕਟਕ ਜਲਤਰੰਗ ਜੈਸਾ ਜਿਸ ਤਰ੍ਹਾਂ ਪਾਣੀ ਦੇ ਉੱਤੇ ਲਹਿਰਾਂ ਚਲਦੀਆਂ ਨੇ ਪਾਣੀ আর ਲਹਿਰਾਂ ਇੱਕ ਚੀਜ਼ ਨੇ ਲਹਿਰ ਪਾਣੀ ਵਿੱਚੋਂ ਹੀ ਲਹਿਰਾਂ ਪੈਦਾ ਹੋਈਆਂ ਨੇ ਪਾਣੀ আর ਲਹਿਰਾਂ ਵੱਖ-ਵੱਖ ਨਹੀਂ ਹਨ ਸਾਨੂੰ ਦੇਖਣ ਨੂੰ ਲੱਗਦੀਆਂ ਨੇ ਜਿਸ ਤਰ੍ਹਾਂ ਸੋਨਾ ਤੇ ਗਹਿਣੇ ਗਹਿਣੇ ਤੇ ਸੋਨਾ ਇੱਕ ਹੀ ਚੀਜ਼ ਹੈ ਇਸੇ ਤਰ੍ਹਾਂ ਲਹਿਰਾਂ ਤੇ ਸਮੁੰਦਰ ਪਾਣੀ ਤੇ ਲਹਿਰਾਂ ਲਹਿਰਾਂ ਤੇ ਪਾਣੀ ਇੱਕ ਹੀ ਚੀਜ਼ ਹਨ ਇਸੇ ਤਰ੍ਹਾਂ ਜੋ ਮਨੁੱਖ ਹੈ ਅਸੀਂ ਜੋ ਜੀਵ ਹਾਂ ਉਹ ਵੀ ਅਸੀਂ ਉਹਦੇ ਨਾਲੋਂ ਵੱਖ ਨਹੀਂ ਹਾਂ ਕਿਉਂਕਿ ਸਾਡਾ ਹੋਣਾ ਉਹਦੇ ਤੇ ਨਿਰਪਰ ਕਰਦਾ ਹੈ ਜੇ ਉਹ ਹੈ ਤਾਂ ਅਸੀਂ ਹਾਂ ਜੇ ਉਹ ਨਾ ਹੁੰਦਾ ਤਾਂ ਅਸੀਂ ਕਿਵੇਂ ਹੁੰਦੇ ਸਾਡਾ ਹੋਣਾ ਉਹਦੇ ਤੇ ਨਿਰਪਰ ਹੈ ਤੋਂ ਇਸ ਕਰਕੇ ਇਹ ਜੋ ਜੀਵ ਜਿੰਨੇ ਵੀ ਸਾਨੂੰ ਦਿਖਾਈ ਦਿੰਦੇ ਨੇ ਜਾਂ 84 ਲੱਖ ਜੂਨ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਰੱਬ ਮੌਜੂਦ ਹੈ ਜੇ ਉਹ ਨਾ ਹੋਵੇ ਹੋ ਹੀ ਨਹੀਂ ਸਕਦੀ ਕੋਈ ਵੀ ਚੀਜ਼ ਨਹੀਂ ਹੋ ਸਕਦੀ ਉਹਦੇ ਕਾਰਨ ਹੀ ਅਸੀਂ ਬੋਲਦੇ ਹਾਂ ਤੁਰਦੇ ਹਾਂ ਫਿਰਦੇ ਹਾਂ ਸੁਣਦੇ ਹਾਂ ਜੇ ਉਹ ਸਾਡੇ ਵਿੱਚ ਨਾ ਹੋਵੇ ਤਾਂ ਕੁਝ ਵੀ ਸਾਰਾ ਕੁਝ ਖਤਮ ਹੋ ਜਾਂਦਾ ਹੈ ਤੋਂ ਜਨਮ ਤੋਂ ਲੈ ਕੇ ਮੌਤ ਤੱਕ ਉਹ ਸਾਡੇ ਅੰਦਰ ਮੌਜੂਦ ਹੈ ਤੋਂ ਇਸੇ ਕਰਕੇ ਅਸੀਂ ਸੁਣਦੇ ਹਾਂ ਬੋਲਦੇ ਆਂ ਚੱਲਦੇ ਆਂ ਫਿਰਦੇ ਆਂ ਕੰਮ ਧੰਦਾ ਕਰਦੇ ਆਂ ਖਾਂਦੇ ਆਂ ਪੀਂਦੇ ਆਂ ਉਹਦੀ ਵਜ੍ਹਾ ਦੇ ਨਾਲ ਜਿਉ ਉਹ ਸਾਡੇ ਅੰਦਰ ਹੈ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਇਸੇ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇਰੇ ਔਰ ਮੇਰੇ 'ਚ ਕੋਈ ਫਰਕ ਨਹੀਂ ਹੈ ਤੂੰ ਮੇਰੇ ਕੋਲ ਹੈ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਰੱਬ ਸਾਡੇ ਵਿੱਚ ਹੀ ਹੈ ਸਾਡੇ ਬਾਹਰ ਵੀ ਰੱਬ ਹੈ ਅੰਦਰ ਵੀ ਰੱਬ ਹੈ ਸਾਰੇ ਪਾਸੇ ਉਹ ਫਸਰਿਆ ਹੋਇਆ ਹੈ ਤੇ ਫਿਰ ਸਾਨੂੰ ਮਿਲਦਾ ਕਿਉਂ ਨਹੀਂ ਅਸੀਂ ਉਹ ਤੋਂ ਦੂਰ ਕਿਉਂ ਆ ਇਹਦਾ ਕਾਰਨ ਕਿਉਂਕਿ ਇਸ ਚੀਜ਼ ਨੂੰ ਪਾਉਣ ਦੇ ਲਈ ਬੜੇ ਤਰੀਕੇ ਜੋਗ ਮਤ ਆਇਆ ਇਸ ਦੇਸ਼ ਦੇ ਵਿੱਚ ਹਿੰਦੂ ਮਤ ਆਇਆ ਹੋਰ ਕੋਈ ਕਈ ਤਰ੍ਹਾਂ ਦੇ ਮਤ ਆਏ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਰੱਬ ਨੂੰ ਕਿਵੇਂ ਦੇਖਿਆ ਜਾਵੇ ਕਿਵੇਂ ਪਾਇਆ ਜਾਵੇ ਤੂੰ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਚਾਹੇ ਉਹ ਡੇਰਾਬਾਦ ਹੈ ਇਹ ਸਾਰਾ ਕੁਝ ਜੋ ਹੈ ਇਹ ਸਾਨੂੰ ਰੱਬ ਨੂੰ ਤੋਂ ਨੇੜੇ ਨਹੀਂ ਲੈ ਕੇ ਜਾ ਰਿਹਾ ਇਹ ਸਾਰਾ ਕੁਝ ਹੀ ਸਾਨੂੰ ਦੂਰ ਲੈ ਕੇ ਜਾ ਰਿਹਾ ਹੈ ਅਸਲ ਵਿੱਚ ਰੱਬ ਸਾਡੇ ਬਹੁਤ ਨਜ਼ਦੀਕ ਹੈ ਸਭ ਤੋਂ ਜ਼ਿਆਦਾ ਜੇ ਕੋਈ ਨੇੜੇ ਸਾਡੇ ਕੋਲ ਕੋਈ ਚੀਜ਼ ਹੈ ਕੋਈ ਵਸਤੂ ਹੈ ਉਹ ਰੱਬ ਹੈ ਤੋ ਇਸ ਕਰਕੇ ਸਤਗੁਰੂ ਬਦਾ ਸਾਹਿਬ ਜੀ ਮਹਾਰਾਜ ਦਾ ਜੋ ਸਮਝਾਉਣ ਸਮਝਾ ਰਹੇ ਨੇ ਕਿ ਜਿਹੜਾ ਪਾਇਆ ਹੀ ਹੋਇਆ ਹੈ ਜਿਹੜਾ ਸਾਡੇ ਕੋਲ ਹੈ ਉਹਨੂੰ ਲੱਭਣ ਦਾ ਮਤਲਬ ਹੀ ਨਹੀਂ ਹੈ ਖੋਜੀਏ ਤਾਂ ਉਹਨੂੰ ਜਿਹੜਾ ਸਾਤੂ ਗਵਾਚਿਆ ਹੋਵੇ ਅਸੀਂ ਕਿਸੇ ਚੀਜ਼ ਨੂੰ ਲੱਭਣ ਜਾਂਦੇ ਆ ਕਿਉਂ ਲੱਭਣ ਜਾਂਦੇ ਆ ਕਿਉਂਕਿ ਉਹ ਸਾਤੂ ਗਵਾਚੀ ਹੋਈ ਆ ਹੁਣ ਰੱਬ ਤਾਂ ਸਾਤੂ ਗਵਾਚਿਆ ਨਹੀਂ ਹੋਇਆ ਹੈ ਇਸ ਕਰਕੇ ਰੱਬ ਨੂੰ ਪਾਉਣ ਦੀਆਂ ਸਾਰੀਆਂ ਹੀ ਵਿਧੀਆਂ ਤੇ ਕਾਂਟਾ ਫੇਰ ਰਹੇ ਨੇ ਸਤਗੁਰੂ ਬਦਾ ਜੀ ਮਹਾਰਾਜ ਅਸੀਂ ਕਿਤੇ ਵੀ ਜਾਂਦੇ ਆ ਚਾਹੇ ਡੇਰਿਆਂ ਤੇ ਸਾਨੂੰ ਕਹਿੰਦੇ ਨੇ ਜੀ ਆਓ ਚੱਲੋ ਉੱਥੇ ਸਾਡੇ ਜਿਹੜੇ ਮਹਾਰਾਜ ਨੇ ਉਹ ਰੱਬ ਦੇ ਦਰਸ਼ਨ ਕਰਾਉਂਦੇ ਨੇ ਉਹ ਰੱਬ ਨੂੰ ਦਿਖਾਉਂਦੇ ਨੇ ਉਹਨਾਂ ਦੇ ਮੂਹਰੇ ਹੱਥ ਜੋੜਦਿਆਂ ਕਰੋ ਕਿ ਭਾਈ ਸਾਨੂੰ ਕੋਈ ਲੋੜ ਨਹੀਂ ਸਤਿਗੁਰੂ ਸਤਿਗੁਰੂ ਅਦਾਸ ਜੀ ਨੇ ਪਹਿਲੇ ਸ਼ਬਦ ਦੇ ਵਿੱਚ ਹੀ ਸ੍ਰੀ ਰਾਗ ਦੇ ਵਿੱਚ ਸਾਨੂੰ ਸਮਝਾ ਦਿੱਤੀ ਗੱਲ ਹੈ ਕਿ ਉਹ ਰੱਬ ਸਾਡੇ ਕੋਲ ਹੀ ਹੈ ਉਹ ਦੂਰ ਨਹੀਂ ਹੈ ਤੇ ਫਰਕ ਕੀ ਹੈ ਫਰਕ ਸਿਰਫ ਇੰਨਾ ਹੈ ਕਿ ਉਹ ਸਾਡੀ ਸੁਰਤ ਦੇ ਵਿੱਚ ਨਹੀਂ ਹੈ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਉਹ ਸਾਡੇ ਖਿਆਲਾਂ ਦੇ ਵਿੱਚ ਨਹੀਂ ਹੈ ਸਾਡੀ ਸੁਰਤ ਵਿੱਚ ਕੀ ਆ ਖਿਆਲਾਂ ਦੇ ਵਿੱਚ ਕੀ ਆ ਪੀਰਾਂ ਦੀ ਜਗਾ ਮੂਰਤੀਆਂ ਦੇਵੀਆਂ ਦੀਆਂ ਡੇਰਿਆਂ ਵਾਲੇ ਬਾਬੇ ਜਾਂ ਹੋਰ ਵੀ ਅਸੀਂ ਜਿੱਥੇ ਜਿੱਥੇ ਜਾਣੇ ਆ ਸਾਡੀ ਸੁਰਤ ਦੇ ਵਿੱਚ ਇਹ ਨੇ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਕਿਲਫਖ ਕਿਹਾ ਗਿਆ ਹੈ ਜਿੰਨਾ ਚਿਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਸੁਰਤ ਦੇ ਵਿੱਚੋਂ ਨਹੀਂ ਕੱਢਦੇ ਉਹਨਾਂ ਦੇ ਸੁਰਤ ਦੇ ਵਿੱਚ ਰੱਬ ਨੇ ਨਹੀਂ ਆਉਣਾ ਹੈ ਰੱਬ ਤੋਂ ਅਸੀਂ ਇਸ ਕਰਕੇ ਦੂਰ ਹਾਂ ਸਰੀਰ ਕਰਕੇ ਦੂਰ ਨਹੀਂ ਹਾਂ ਅਸੀਂ ਆਪਣੀ ਅਣਗਹਿਲੀ ਦੇ ਕਰਕੇ ਆਪਣੀ ਅਣਜਾਣਤਾ ਦੇ ਕਰਕੇ ਅਸੀਂ ਉਹ ਤੋਂ ਦੂਰ ਹਾਂ ਉਹ ਤਾਂ ਸਾਡੇ ਬਹੁਤ ਨੇੜੇ ਹੈ ਕਿਉਂਕਿ ਉਹ ਸਾਡੀ ਸੁਰਤ ਦੇ ਵਿੱਚ ਨਹੀਂ ਹੈ ਜਦੋਂ ਧਿਆਨ ਮਾਰੋ ਸਾਡੀ ਸੁਰਤ ਦੇ ਵਿੱਚ ਕੀ ਆ ਹਰ ਕੋਈ ਬੰਦਾ ਇਕੱਲਾ ਇਕੱਲਾ ਧਿਆਨ ਮਾਰੇ ਤਾਂ ਸਾਡੀ ਸੁਰਤ ਦੇ ਵਿੱਚ ਰੱਬ ਤਾਂ ਹੈ ਹੀ ਨਹੀਂਗਾ ਸਾਡੀ ਸੁਰਤ ਦੇ ਵਿੱਚ ਕਿਸੇ ਦੇ ਕੋਈ ਡੇਰਾ ਹੈ ਕਿਸੇ ਦੇ ਕੋਈ ਪੀਰ ਦੀ ਜਗਾ ਕਿਸੇ ਦੇ ਕੋਈ ਦੇਵੀ ਦੀ ਮੂਰਤੀ ਹੈ ਕਿਸੇ ਦੇ ਕੋਈ ਹੋਰ ਮਠਿਆਨੇ ਨੇ ਮਾਤਾ ਦੇ ਬਣੇ ਹੋਏ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਸੁਰਤ ਦਾ ਸਾਡੀ ਇਹਨਾਂ ਚੀਜ਼ਾਂ ਨਾਲ ਭਰੀ ਪਈ ਆ ਜਿਸ ਸੁਰਤ ਦੇ ਵਿੱਚ ਜਿਸ ਸੰਘਾਸ਼ਨ ਦੇ ਉੱਤੇ ਆ ਕੇ ਪ੍ਰਮਾਤਮਾ ਨੇ ਬਹਿਣਾ ਸੀ ਉੱਥੇ ਅਸੀਂ ਹੋਰ ਹੋਰ ਚੀਜ਼ਾਂ ਬਿਠਾਈਆਂ ਹੋਈਆਂ ਨੇ ਤੋ ਇਸ ਕਰਕੇ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਆਪਣੀ ਸੁਰਤ ਦੇ ਵਿੱਚੋਂ ਕੱਢਦੇ ਚਲੇ ਜਾਵਾਂਗੇ ਤੇ ਉੋਂ ਤੋਂ ਅਸੀਂ ਰੱਬ ਦੇ ਨੇੜੇ ਚਲੇ ਜਾਵਾਂਗੇ ਬਲਕਿ ਰੱਬ ਸਾਡੇ ਕੋਲ ਆਉਗਾ ਚਲੇ ਜਾਊਗਾ ਤੋ ਇਸ ਕਰਕੇ ਜਿਸ ਤਰ੍ਹਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਛੋਟੇ ਬੱਚੇ ਹੁੰਨੇ ਆ ਤਾਂ ਮਾਪਿਓ ਕਿਤੇ ਬਾਹਰ ਚਲੇ ਜਾਂਦੇ ਨੇ ਤਾਂ ਆਂਡੀਆਂ ਗੋਂਡੀਆਂ ਦੇ ਬੱਚੇ ਵੀ ਆ ਕੇ ਉਸ ਘਰ ਦੇ ਵਿੱਚ ਖੇਡਣ ਲੱਗ ਜਾਂਦੇ ਨੇ ਰੌਲਾ ਪਾਉਂਦੇ ਨੇ ਖਰੂਦ ਪਾਉਂਦੇ ਨੇ ਕਿਉਂਕਿ ਮਾਪਿਓ ਘਰ ਨਹੀਂ ਹੈ ਲੇਕਿਨ ਜਦੋਂ ਦੇਖਦੇ ਆ ਕਿ ਉਹ ਸਾਹਮਣੇ ਹੁਣ ਸਾਡਾ ਮਾਪਾਪ ਆ ਗਿਆ ਹੈ ਤਾਂ ਅਸੀਂ ਜਵਾਕਾਂ ਨੂੰ ਕਹਦੇ ਨੂੰ ਭੱਜ ਜਾਓ ਭੱਜ ਜਾਓ ਬਾਪੂ ਆ ਗਿਆ ਮੇਰੀ ਬੇਬੇ ਆ ਗਈ ਹੁਣ ਤੁਸੀਂ ਨਿਕਲ ਜਾਓ ਇੱਥੋਂ ਚਲੇ ਜਾਓ ਇਹੀ ਹਾਲ ਹੈ ਤੋਂ ਗੁਰਬਾਣੀ ਦੇ ਵਿੱਚ ਗਿਆ ਨਸ ਵੰਜੋ ਕਿਲਬਖੋ ਕਰਤਾ ਘਰ ਆਇਆ ਜਿਵੇਂ ਅਸੀਂ ਕਹਿੰਦੇ ਬੱਚਿਓ ਜਾਓ ਸਾਡੇ ਘਰ ਦੇ ਆ ਕੇ ਇਸੇ ਤਰ੍ਹਾਂ ਸੁਰਤ ਦੇ ਵਿੱਚ ਜਦੋਂ ਅਸੀਂ ਇਹ ਜਿਹੜੇ ਕਿਲਬਖ ਬਿਠਾਏ ਹੋਏ ਨੇ ਇਹ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਮਨਾਵਤਾਂ ਬਿਠਾਈਆਂ ਹੋਈਆਂ ਨੇ ਜਿੰਨਾ ਚਿਰ ਉਹ ਬੈਠੇ ਨੇ ਉਨਾ ਚਿਰ ਕਰਤੇ ਨੇ ਨਹੀਂ ਆਉਣਾ ਹੈ ਜਦੋਂ ਕਰਤਾ ਆ ਗਿਆ ਫਿਰ ਇਹ ਸਾਰੇ ਨਿਕਲ ਜਾਣਗੇ ਕਿਲ ਨਸਵੰਜੋ ਕਿਲ ਵਖੋ ਗੁਰਬਾਣੀ ਕਹਿੰਦੀ ਹੈ ਨਸਵੰਜੋ ਦਾ ਮਤਲਬ ਭੱਜ ਜੋ ਏ ਕਿਲ ਵਖੋ ਉਹ ਤਰ੍ਹਾਂ ਤਰ੍ਹਾਂ ਦੀ ਜਿਹੜੀ ਮਨੋਤਾ ਅਸੀਂ ਸੁਰਤ ਦੇ ਵਿੱਚ ਬਿਠਾਈ ਬੈਠੇ ਆ ਉਹਨਾਂ ਨੂੰ ਸਭ ਤੋਂ ਤੁਨ ਕਰਕੇ ਕਿਹਾ ਕਿ ਭੱਜ ਜੋ ਓਏ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਇਹ ਘਰ ਹੈ ਉਹ ਆ ਗਿਆ ਹੈ ਤਾਂ ਜਦੋਂ ਅਸੀਂ ਇਹਨਾਂ ਨੂੰ ਕੱਢਣਾ ਸ਼ੁਰੂ ਕਰ ਦੇਵਾਂਗੇ ਆਪਣੀ ਸੁਰਤ ਦੇ ਵਿੱਚੋਂ ਫਿਰ ਕੋਈ ਰੱਬ ਨੂੰ ਪਾਉਣ ਦੇ ਲਈ ਕੋਈ ਟੰਗ ਤਰੀਕਾ ਨਹੀਂ ਹੈ ਇਹਨਾਂ ਲਈ ਰੱਬ ਨੂੰ ਬਿਠਾਉਣ ਦੇ ਲਈ ਜੋ ਸਾਡੇ ਸਰੀਰ ਦੇ ਅੰਦਰ ਜੋ ਉਹਦੀ ਜਗ੍ਹਾ ਹੈ ਉਹ ਤਾਂ ਅਸੀਂ ਹੋਰ-ਹੋਰ ਮਨੋਤਾਨਾ ਭਰੀ ਪਈ ਆ ਜਿੰਨਾ ਚਿਰ ਅਸੀਂ ਉਹਨੂੰ ਖਾਲੀ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਪੈਣੀ ਰੱਬ ਨੇ ਆਪਣੇ ਆਪ ਹੀ ਅੰਦਰ ਆ ਜਾਣਾ ਹੈ ਤੋ ਇਸ ਕਰਕੇ ਸਤਗੁਰੂ ਰਾਜ ਦੀ ਮਹਾਰਾ ਸਮਝਾਉਂਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਤਸਾ ਜੋ ਪੇ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਇੱਕ ਗੱਲ ਜੋ ਹੈ ਗੁਰਬਾਣੀ ਦੀ ਸਾਨੂੰ ਸਮਝਣੀ ਪਊਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਮਹਾਪੁਰਸ਼ ਬੈਠੇ ਹਨ ਉਹਨਾਂ ਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਹੈ ਆਪਲੀ ਉਪਮਾਤਾ ਬਿਲਕੁਲ ਹੀ ਨਹੀਂ ਕਰਾਈ ਹੈ ਇਥੋਂ ਤੱਕ ਕਿ ਜਿਵੇਂ ਬਾਬਾ ਨਾਨਕ ਨੇ ਆਪਣੇ ਆਪ ਨੂੰ ਦਾਸ ਕਿਹਾ ਹੈ ਦਾਸ ਤੋਂ ਥੱਲੇ ਹੋਰ ਕੋਈ ਨੀਵੀਂ ਜਗ੍ਹਾ ਨਹੀਂ ਹੈ ਆਪਣੇ ਆਪ ਨੂੰ ਨੀਚ ਕਿਹਾ ਹੈ ਔਗਣਹਾਰ ਕਿਹਾ ਹੈ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪ੍ਰਮੋਟ ਨਹੀਂ ਸੀ ਕਰਨਾ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਆਪਣੀ ਪੂਜਾ ਨਹੀਂ ਸੀ ਕਰਾਉਣੀ ਉਹਨਾਂ ਨੇ ਜੋੜਨਾ ਸੀ ਰੱਬ ਦੇ ਨਾਲ ਇੱਕ ਨਾਲ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਇਸ ਕਰਕੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਉਹ ਏਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਦੇ ਨਾਲ ਜੋੜਨਾ ਸੀ ਕਿਉਂਕਿ ਉਸ ਸਮੇਂ ਸੰਸਾਰ ਦੇ ਵਿੱਚ ਮਨੁੱਖਤਾ ਦਾ ਤਾਂ ਕੋਈ ਅੰਤੇ ਨਹੀਂ ਸੀ ਐਨੇ ਲੋਕ ਫਟ ਚੁੱਕੇ ਸੀ ਪਾਟੋ ਤਾੜ ਹੋ ਚੁੱਕੇ ਸੀ ਲੀਰੋ ਲੀਰ ਹੋ ਚੁੱਕੇ ਸੀ ਕੋਈ ਕਿਤੇ ਜਾਂਦਾ ਸੀ ਕੋਈ ਕਿਤੇ ਜਾਂਦਾ ਸੀ ਜਾਣੀ ਸਮਾਜ ਟੁੱਟ ਚੁੱਕਾ ਸੀ ਲੀਰੋ ਲੀਰ ਹੋ ਚੁੱਕਾ ਸੀ ਏਕਤਾ ਭੰਗ ਹੋ ਗਈ ਸੀ ਇਸ ਸਮਾਜ ਨੂੰ ਭਾਰਤੀ ਸਮਾਜ ਨੂੰ ਇੱਕ ਕਰਨ ਦੇ ਲਈ ਜਾਤਾਂ ਪਾਤਾਂ ਹੋਰ ਸਾਰੀਆਂ ਤੀਜਾਂ ਤੋਂ ਨਾਲੋ ਤੋੜ ਕੇ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਗੁਰੂਆਂ ਦਾ ਮਕਸਦ ਸੀਗਾ ਇਸ ਕਰਕੇ ਉਹਨਾਂ ਨੇ ਜਿਹੜੀ ਵੀ ਬਾਣੀ ਲਿਖੀ ਹੈ ਉਹਦੇ ਵਿੱਚ ਉਹਨਾਂ ਦੀ ਉਹਨਾਂ ਦਾ ਇਹ ਮਕਸਦ ਨਹੀਂ ਸੀ ਕਿ ਤੁਸੀਂ ਸਾਡੀ ਪੂਜਾ ਕਰਨ ਲੱਗ ਜਿਓ ਜਾਂ ਸਾਨੂੰ ਹੀ ਮੰਨਣ ਲੱਗ ਜਿਓ ਕਿਉਂਕਿ ਸਤਗੁਰੂ ਰਬਦਾਸ ਜੀ ਮਹਾਰਾਜ ਆਪਣੇ ਸ਼ਲੋਕ ਦੇ ਵਿੱਚ ਕਹਿੰਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ પાਖੈ ਰਬਦਾਸ ਇੱਥੇ ਵੀ ਸਤਿਗੁਰੂ ਰਬਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਸਮਾਜ ਦੇ ਲੋਕੋ ਐ ਸੰਸਾਰ ਦੇ ਲੋਕੋ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਸਮੇਤ ਉਹਨਾਂ ਨੇ ਆਪਣੇ ਆਪ ਨੂੰ ਵੀ ਵਿੱਚ ਰੱਖਿਆ ਕਿ ਜਿਹੜਾ ਹੋਰ ਕਿਸੇ ਨੂੰ ਮੰਨੂਗਾ ਉਹ ਦੋਜਕਾਂ ਦੇ ਵਿੱਚ ਪਊਗਾ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਆਨ ਦੇ ਵਿੱਚ ਸਭ ਕੁਝ ਹੀ ਆ ਗਿਆ ਉਹ ਖੁਦ ਵੀ ਆ ਗਿਆ ਇਹਦੇ ਵਿੱਚ ਤੇ ਨਰ ਦੋਜਕ ਜਾਹੇਗੇ ਕਿ ਉਹ ਸਮਾਜ ਕਦੇ ਤਰੱਕੀ ਨਹੀਂ ਕਰ ਸਕੂਗਾ ਹਮੇਸ਼ਾ ਗਰੀਬੀ ਦੀ ਮਾਰ ਪੈਂਦੀ ਰਹੂ ਦੋਜਕ ਦੇ ਵਿੱਚ ਪੈਂਦਾ ਰਹੂਗਾ ਤੇ ਨਰ ਦੋਜਕ ਜਾਹੇਗੇ ਸਤਿ ਪੱਖ ਹੈ ਰਬਦਾਸ ਇਸੇ ਤਰ੍ਹਾਂ ਇੱਥੇ ਵੀ ਸਤਗੁਰੂ ਰਬਦਾਸ ਜੀ ਮਹਾਰਾਜ ਕਹਿੰਦੇ ਹਨ ਜੋਪੇ ਹਮ ਨਾ ਪਾਪ ਕਰੰਤਾ ਕੇ ਹਕਾਲਪੁਰਖ ਬਹਿਗਰੂ ਪਰਮੇਸ਼ਰ ਅਸੀਂ ਜੋ ਲੋਕ ਹਾਂ ਅਸੀਂ ਜੋ ਸੰਸਾਰੀ ਜੀਵ ਹਾਂ ਉਹਨੇ ਆਪਣੇ ਆਪ ਨੂੰ ਵੀ ਵਿੱਚ ਰੱਖਿਆ ਸਾਨੂੰ ਸਮਝਾਉਣ ਦੇ ਲਈ ਕਿ ਅਸੀਂ ਤਾਂ ਪਾਪੀ ਹਾਂ ਤੁਮ ਚੰਦਨ ਹਮ ਰਿੰਡ ਬਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸਗੰਧ ਨਵਾਸਾ ਮਾਦੋ ਸਤ ਸੰਗਤ ਸਰਣ ਤੁਮਾਰੀ ਹਮ ਔਗਣ ਤੁਮ ਉਪਕਾਰੀ ਇੱਥੇ ਵੀ ਸਤਗੁਰੂ ਪਦਾ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਅਸੀਂ ਤਾਂ ਔਗਣ ਹਾਰੇ ਹਾਂ ਤੇ ਇਹ ਗੱਲ ਹੈ ਵੀ ਸਹੀ ਕਿਉਂਕਿ ਇਹ ਸੰਸਾਰ ਦੇ ਵਿੱਚ ਬਹਿ ਕੇ ਆ ਜੋ ਸਾਨੂੰ ਸਰੀਰ ਮਿਲਿਆ ਹੈ ਮਿੱਟੀ ਦਾ ਜੋ ਪਤਲਾ ਹੈ ਇਹ ਔਗਣਾ ਨਾ ਭਰਿਆ ਪਿਆ ਹੈ ਇਹਦੇ ਵਿੱਚ ਰਹਿ ਕੇ ਕੋਈ ਬਿਲਕੁਲ ਆਪਣੇ ਆਪ ਨੂੰ ਇਹ ਦਾਵਾ ਨਹੀਂ ਕਰ ਸਕਦਾ ਵੀ ਮੈਂ ਪਵਿੱਤਰ ਹਾਂ ਕਿ ਮੇਰੇ ਵਰਗਾ ਕੋਈ ਨਹੀਂ ਮੈਂ ਸਾਫ ਸੁਥਰਾ ਮੇਰੇ ਵਿੱਚ ਕੋਈ ਔਗਣ ਨਹੀਂ ਹੈ ਨਾ ਕਿਉਂਕਿ ਇਹ ਸੰਸਾਰ ਜੋ ਹੈ ਹਈ ਔਗਣਾਂ ਦਾ ਭਰਿਆ ਹੋਇਆ ਇਹ ਜੋ ਸਰੀਰ ਹੈ ਉਗਣੀ ਪਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਇਹ ਸੰਸਾਰ ਉਗਣਾ ਨਾ ਪਰਿਆ ਤੋ ਇਸ ਕਰਕੇ ਇੱਥੇ ਵੀ ਸਤਿਗੁਰੂ ਰਾਜ ਜੀ ਮਹਾਰਾਜ ਕਹਿੰਦੇ ਨੇ ਜੋਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਹੈ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਅਗਰ ਅਸੀਂ ਉਗਣ ਹਾਰੇ ਨਾ ਹੁੰਦੇ ਅਹੇ ਅਨੰਤਾ ਹੈ ਅਨੰਤ ਹੈ ਜੀਦਾ ਜੋ ਤੂੰ ਅਨੰਤ ਹੈ ਜੋ ਤੂੰ ਬਿਆੰਤ ਹੈ ਜੇਕਰ ਅਸੀਂ ਔਗਣਾਰੇ ਨਾ ਹੁੰਦੇ ਜੇ ਅਸੀਂ ਅਸੀਂ ਬਿਲਕੁਲ ਹੀ ਪਵਿੱਤਰ ਹੁੰਦੇ ਆ ਸਰੀਰ ਬਿਲਕੁਲ ਹੀ ਪਵਿੱਤਰ ਹੁੰਦਾ ਤਾਂ ਤੇਰੀ ਤਾਂ ਸਾਨੂੰ ਲੋੜ ਹੀ ਨਹੀਂ ਸੀਗੀ ਪਤਾ ਤਾਂ ਪਾਵਨ ਨਾਮ ਕੈਸੇ ਹੁੰਦਾ ਤਾਂ 13 ਨੰਬਰ ਪਹਿਲੇ ਨੰਬਰ ਤੇ ਕਿਵੇਂ ਆਉਣਾ ਸੀਗਾ ਤੂੰ ਪਹਿਲੇ ਨੰਬਰ ਤੇ ਇਸੇ ਕਰਕੇ ਹੈ ਤੂੰ ਸਭ ਤੋਂ ਉੱਤਮ ਸਭ ਤੋਂ ਉੱਚਾ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਤਾਂ ਹੀ ਹੈ ਕਿਉਂਕਿ ਤੇਰੇ ਵਿੱਚ ਕੋਈ ਔਗਣ ਨਹੀਂ ਤੇ ਸਾਡੇ ਵਿੱਚ ਕੋਈ ਗੁਣ ਨਹੀਂ ਹੈ ਅਸੀਂ ਔਗਣ ਹਾਰੇ ਹਾਂ ਪਤਿਤ ਪਾਵਨ ਨਾਮ ਕੈਸੇ ਹੁੰਦਾ ਜੋਪੇ ਹਮ ਨਾ ਪਾਪ ਕਰਨਤਾ ਸਾਡੇ ਕੋਲੋਂ ਤਾਂ ਪਾਪ ਹੋਨੇ ਨੇ ਕਿਉਂਕਿ ਐਸ ਜੁਨੀ ਦੇ ਵਿੱਚ ਰਹਿੰਦੇ ਆ ਹੋਇਆ ਇਹ ਬੰਦਾ ਗੁਨਾਹਗਾਰ ਹੈ ਇਸ ਕਰਕੇ ਹੀ ਜਗਾ ਜਗਾ ਤੇ ਗੁਰੂਆਂ ਨੇ ਮਹਾਪੁਰਸ਼ਾਂ ਨੇ ਬਾਬੇ ਨਾਨਕ ਨੇ ਆਪਣੇ ਆਪ ਨੂੰ ਔਗਣਹਾਰਾ ਕਿਹਾ ਔਗਣਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ ਤੂੰ ਉਹਨਾਂ ਦਾ ਜਿਹੜਾ ਮਕਸਦ ਸੀ ਆਪਣੇ ਆਪ ਦੀ ਪੂਜਾ ਕਰਾਉਣਾ ਨਹੀਂ ਸੀਗਾ ਉਹਨਾਂ ਦਾ ਮਕਸਦ ਸੀ ਇੱਕ ਆਕਾਲ ਪੁਰਖ ਵੈਗਰੂ ਪਰਮੇਸ਼ਰ ਦੇ ਨਾਲ ਜੋੜਨ ਦਾ ਤਾਂ ਇੱਥੇ ਵੀ ਸਤਗੁਰੂ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਜੋਪੇ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤੂੰ ਜੋ ਨਾ ਇੱਕ ਆਚੋ ਅੰਤਰਜਾਮੀ ਪ੍ਰਭ ਤੇ ਜਨ ਜਾਣੀ ਜੇ ਜਾਣ ਤੇ ਸਵਾਮੀ ਹੁਣ ਦੇਖੋ ਇੱਥੇ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਆਪਣਾ ਨਾਇਕ ਕਿਹਨੂੰ ਕਹਿੰਦੇ ਨੇ ਨਾਇਕ ਤੋਂ ਭਾਵ ਆ ਹੀਰੋ ਗੁਰੂ ਜੀ ਤੋਂ ਸੇਧ ਲੈਣੀ ਆ ਤੁਮਜੋ ਨਾਇਕ ਆਛੋ ਅੰਤਰਜਾਮੀ हे ਅਕਾਲਪੁਰਖ ਵਹਿਗੁਰੂ ਪਰਮੇਸ਼ਰ ਤੂੰ ਸਾਡਾ ਗੁਰੂ ਹੈ ਤੂੰ ਸਾਡ ਨੂੰ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਨਾਇਕ ਹੈ ਤੁਮਜੋ ਨਾਇਕ ਆਛੋ ਅੰਤਰਜਾਮੀ ਤੇ ਇੱਥੇ ਦੇਖੋ ਜਦੋਂ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਲੋਕਾਂ ਨੂੰ ਇੱਕ ਆਕਾਲਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਦਾ ਜੋ ਯਤਨ ਕੀਤਾ ਜੋ ਲਹਿਰ ਚਲਾਈ ਜੋ ਮੂਵਮੈਂਟ ਚਲਾਈ ਜਾਤਾਂ ਪਾਤਾਂ ਦੇ ਖਿਲਾਫ ਇਹ ਜੋ ਵੰਡੀਆਂ ਪਈਆਂ ਸੀ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਕਰਨ ਦੇ ਲਈ ਉਹਨਾਂ ਨੇ ਕਿਹਦਾ ਸਹਾਰਾ ਲਿਆ ਕਿਤੇ ਡੇਰੇ ਤੇ ਨਹੀਂ ਗਏ ਕਿਤੇ ਦੇਵੀ ਦੀ ਪੂਜਾ ਨਹੀਂ ਕੀਤੀ ਕਿਤੇ ਮੜੀਆਂ ਤੇ ਜਾ ਕੇ ਮੱਥੇ ਨਹੀਂ ਟੇਕੇ ਕੀ ਕਿਹਾ ਤੁਮ ਜੋ ਨਾਇਕ ਆਛੋ ਅੰਤਰਜਾਮੀ ਇਹ ਆਕਾਲਪੁਰਖ ਵਹਿਗੁਰੂ ਪਰਮੇਸ਼ਰ ਮੈਂ ਆਪਣੇ ਸਮਾਜ ਦੇ ਲਈ ਸੰਘਰਸ਼ ਕਰਨ ਦੇ ਲਈ ਨਿਕਲਿਆ ਹਾਂ ਤੋ ਇਸ ਕਰਕੇ ਤੁਸੀਂ ਮੇਰੀ ਅਗਵਾਈ ਕਰੋ ਤੁਸੀਂ ਮੇਰੇ ਗੁਰੂ ਹੋ ਤੁਸੀਂ ਮੇਰੇ ਹੀਰੋ ਤੁਸੀਂ ਮੇਰੇ ਨਾਇਕ ਹੋ ਤੁਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੇ ਜਨ ਤੇ ਸਵਾਮੀ ਹੁਣ ਜਿਸ ਮਕਸਦ ਦੇ ਲਈ ਮੈਂ ਨਿਕਲਿਆ ਹਾਂ ਆਪਣੇ ਘਰੋਂ ਆਪਣੇ ਸਮਾਜ ਦੀ ਲੜਾਈ ਲੜਨ ਦੇ ਲਈ ਸੰਸਾਰ ਦੇ ਲੋਕਾਂ ਦੀ ਲੜਾਈ ਲੜਨ ਦੇ ਲਈ ਇਸ ਸੰਸਾਰ ਦੇ ਵਿੱਚ ਉਹ ਜਾਤਾਂ ਪਾਤਾਂ ਨੂੰ ਖਤਮ ਕਰਕੇ ਇੱਕ ਬਰਾਬਰਤਾ ਦਾ ਜੋ ਸਿਧਾਂਤ ਹੈ ਜੋ ਸਮਾਜ ਹੈ ਕਾਇਮ ਕਰਨ ਦੇ ਲਈ ਉਹ ਬੇਗਮਪੁਰਾ ਵਸਾਉਣ ਦੇ ਲਈ ਮੈਂ ਆਪਣੇ ਘਰੋਂ ਨਿਕਲਿਆ ਹਾਂ ਮੈਂ ਟੇਕ ਕਿਦੀ ਲਈ ਹੈ ਸਹਾਰਾ ਕਿਦਾ ਲਿਆ ਹੈ ਅਕਾਲ ਪੁਰਖ ਵਹਿਗਰੂ ਪਰਮੇਸ਼ਰ ਤੇਰਾ ਲਿਆ ਹੈ ਹੁਣ ਜੇ ਮੈਂ ਫੇਲ ਹੁੰਨਾ ਹਾਂ ਜੇ ਮੈਂ ਕਾਮਯਾਬ ਨਹੀਂ ਹੁੰਦਾ ਆਪਣੇ ਮਕਸਦ ਦੇ ਵਿੱਚ ਤਾ ਮੈਨੂੰ ਕੋਈ ਫਰਕ ਨਹੀਂ ਪੈਣਾ ਹੈ ਲੋਕਾਂ ਨੇ ਤੈਨੂੰ ਮੰਨਣੋਂ ਹਟ ਜਾਣਾ ਹੈ ਤੁਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀਜੇ ਜਨ ਤੇ ਸਵਾਮੀ ਹੁਣ ਮੇਰੀ ਸਫਲਤਾ ਦੇ ਵਿੱਚ ਜੇ ਮੈਂ ਸਫਲ ਹੋਣਾ ਜੇ ਮੈਂ ਮੇਰੀ ਸਫਲਤਾ ਦੇ ਵਿੱਚ ਤੇਰਾ ਨਾਮ ਚਮਕਣਾ ਹੈ ਪ੍ਰਭ ਤੇ ਜਨ ਜਾਨੀਜੇ ਤੇਰੀ ਵਿਡਿਆਈ ਮੇਰੀ ਸਫਲਤਾ ਦੇ ਵਿੱਚ ਹੈ ਜੇ ਮੈਂ ਮੈਂ ਕਿਉਂਕਿ ਮੈਨੂੰ ਤਾਂ ਹੋਰ ਜਗ੍ਹਾ ਤੇ ਲੋਕ ਜਾਣ ਨਹੀਂ ਦਿੰਦੇ ਮੈਨੂੰ ਤਾਂ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਤੋਂ ਇਸ ਕਰਕੇ ਮੈਂ ਕੇਵਲ ਤੇ ਕੇਵਲ ਹੁਣ ਮੇਰੇ ਕੋਲ ਜੇ ਬਚਿਆ ਸੀ ਕਿਉਂਕਿ ਮੰਦਿਰਾਂ ਵਿੱਚ ਮੈਨੂੰ ਨਹੀਂ ਬੜਨ ਦਿੱਤਾ ਜਾਂਦਾ। ਹੋਰ ਧਾਰਮਿਕ ਥਾਵਾਂ ਤੇ ਮੈਨੂੰ ਨਹੀਂ ਜਾਣ ਦਿੱਤਾ ਜਾਂਦਾ। ਤੋਂ ਲੇਕਿਨ ਮੈਂ ਆਪਣੇ ਸਮਾਜ ਦੀ ਲੜਾਈ ਲੜਨੀ ਸੀ। ਤੋਂ ਉਹ ਲੜਾਈ ਲੜਨ ਦੇ ਲਈ ਮੈਂ ਤੇਰਾ ਹੀ ਓਟ ਆਸਰਾ ਸਹਾਰਾ ੱੱਕਿਆ ਹੈ ਹਕਾਲਪੁਰਖ ਵਾਹਿਗੁਰੂ ਪਰਮੇਸ਼ਰ। ਹੁਣ ਜਦੋਂ ਮੈਂ ਤੇਰਾ ਸਹਾਰਾ ਲੈ ਕੇ ਨਿਕਲਿਆ ਹਾਂ। ਇਸ ਸੰਸਾਰ ਦੇ ਵਿੱਚ ਬਰਾਬਰਤਾ ਦਾ ਬੇਗੰਪੁਰਾ ਦਾ ਜੋ ਸੰਧਾਨਤ ਹੈ ਜੋ ਬੇਗੰਪੁਰਾ ਬਸਾਉਣ ਦੇ ਲਈ ਮੈਂ ਨਿਕਲਿਆ ਹਾਂ ਤਾਂ ਮੈਂ ਓਟ ਆਸਰਾ ਸਹਾਰਾ ਤੇਰਾ ਲਿਆ ਹੈ। ਤੋਂ ਇਸ ਕਰਕੇ ਹੁਣ ਮੇਰੀ ਵਿਡਿਆਈ ਮੇਰੀ ਸਫਲਤਾ ਤੇਰੇ ਤੇ ਨਿਰਪਰ ਕਰਦੀ ਹੈ। ਤੋਂ ਇਸ ਕਰਕੇ ਪ੍ਰਭ ਤੇ ਜਾਣ ਜਾਣੀ ਜੇ ਜਨ ਤੇ ਸਵਾਮੀ ਲੋਕਾਂ ਨੇ ਕਹਿਣਾ ਭਈ ਇਹ ਜੋ ਰਬਦਾਸ ਹੈ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਇੰਨੀਆਂ ਉੱਚੀਆਂ ਗੱਲਾਂ ਕਰਦਾ ਹੈ। ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਇਹਦਾ ਗੁਰੂ ਕੌਣ ਹੈ ਤਾਂ ਲੋਕਾਂ ਨੇ ਸੋਚਣਾ ਵੀ ਇਹਦਾ ਗੁਰੂ ਵੀ ਇੰਨਾ ਹੀ ਵੱਡਾ ਉੱਚਾ ਹੋਊਗਾ ਜਿਹਦਾ ਇੰਨਾ ਹੌਸਲਾ ਇੰਨੀ ਹਿੰਮਤ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਜਿਹਨੇ ਇਸ ਦੇਸ਼ ਦੇ ਅੰਦਰ ਜੋ ਸਿਸਟਮ ਖੜਾ ਹੈ ਜਾਤੀ ਪਾਤੀ ਦਾ ਉੱਚ-ਨੀਚ ਦਾ ਉਹਦੇ ਖਿਲਾਫ ਜਿਹੜਾ ਆਵਾਜ਼ ਬੁਲੰਦ ਕਰਨ ਲੱਗਿਆ ਹੈ ਤਾਂ ਇਹਦਾ ਗੁਰੂ ਤਾਂ ਜਿਹਨੂੰ ਇਹ ਮੰਨਦਾ ਹੈ ਉਹ ਤਾਂ ਪਤਾ ਨਹੀਂ ਕਿੰਨਾ ਕੁੱਚਾ ਹੋਊਗਾ ਪ੍ਰਭ ਤੇ ਜਨ ਜਾਣੀ ਜੇ ਜਾਣਤੇ ਸਵਾਮੀ ਤੇਰੇ ਸਵਾਮੀ ਤੋਂ ਹੀ ਤੇਰੀ ਪਰਖ ਹੋਣੀ ਹੈ ਤੈਨੂੰ ਮੰਨਣ ਵਾਲੇ ਇਹਨੂੰ ਦੇਖ ਕੇ ਲੋਕਾਂ ਨੇ ਉਹਨਾਂ ਦੀ ਰੀਸ ਕਰਨੀ ਹੈ ਉਹਨਾਂ ਨੂੰ ਦੇਖ ਕੇ ਹੀ ਤੇਰੀ ਉਪਮਾ ਵਿਡਿਆਈ ਵਧਣੀ ਹੈ ਲੋਕਾਂ ਨੇ ਤੈਨੂੰ ਮੰਨਣਾ ਸ਼ੁਰੂ ਕਰਨਾ ਹੈ ਤੁਮ ਜੋ ਨਾਇਕ ਆਛੋ ਅੰਤਰਜਾਮੀ ਪਰਬਤੇ ਜਨ ਜਾਨੀ ਜੇ ਜਨ ਤੇ ਸਵਾਮੀ ਤੇ ਤੇਤੋਂ ਮੇਰੀ ਬੜਾਈ ਹੋਣੀ ਆ ਮੇ ਮੇਰੀ ਸਫਲਤਾ ਤੋਂ ਤੇਰੀ ਉਪਮਾ ਹੋਣੀ ਹੈ ਤੋ ਇਸ ਕਰਕੇ ਮੇਰੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਤਾਂ ਜੋ ਮੈਂ ਇਸ ਮਕਸਦ ਦੇ ਵਿੱਚ ਸਫਲ ਹੋਵਾਂ ਕਿਉਂਕਿ ਜਦੋਂ ਲੋਕ ਕਹਿਣਗੇ ਭਈ ਰਬਦਾਸ ਨੇ ਐਡੀ ਵੱਡੀ ਲੜਾਈ ਲੜੀ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਭਾਣਾ ਮੰਨ ਕੇ ਉਦੇ ਓਟ ਆਸਰੇ ਸਹਾਰੇ ਦੇ ਨਾਲ ਤਾਂ ਸਾਰੇ ਸੰਸਾਰ ਦੇ ਲੋਕ ਤੈਨੂੰ ਮੰਨਣਾ ਸ਼ੁਰੂ ਕਰ ਦੇਣਗੇ। ਤੋਂ ਇਸ ਕਰਕੇ ਗੁਰੂਆਂ ਦਾ ਜੋ ਮਕਸਦ ਸੀ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਦਾ ਮਕਸਦ ਸੀ ਉਹ ਇਹੀ ਸੀਗਾ ਕਿ ਸਾਡੇ ਸਮਾਜ ਦਾ ਸਾਰੇ ਸੰਸਾਰ ਦਾ ਸਾਰੇ ਲੋਕਾਂ ਦਾ ਜੇ ਭਲਾ ਹੈ ਤਾਂ ਇੱਕੇ ਗੱਲ ਦੇ ਵਿੱਚ ਹੈ ਕਿ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਲੜ ਲੱਗੋ। ਇਧਰੋਂ ਉਧਰੋਂ ਛੱਡ ਕੇ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਉਹ ਜਿਹੜੀਆਂ ਮਨਉਤਾਂ ਨੇ ਬਹੁਤ ਥੱਲੇ ਦੀਆਂ ਪੱਧਰ ਦੀਆਂ ਨੇ ਇਹ ਬਹੁਤ ਨੀਵੇਂ ਪੱਧਰ ਦੀਆਂ ਨੇ ਇਹ ਤੁਹਾਨੂੰ ਪਾਰ ਨਹੀਂ ਲੰਗਾ ਸਕਦੀਆਂ ਤੋਂ ਇਸ ਕਰਕੇ ਸਤਗੁਰੂ ਉਦਾਸ ਜੀ ਮਹਾਰਾਜ ਕਹਿੰਦੇ ਨੇ ਸਰੀਰ ਅਰਾਧੈ ਮੋਕੋ ਵਿਚਾਰ ਦੇਉ ਰਵਿਦਾਸ ਸਮਦਲ ਸਮਝਾਵੇ ਕੋ ਤੋ ਇਸ ਕਰਕੇ ਸਤਗੁਰੂ ਉਦਾਸ ਜੀ ਮਹਾਰਾਜ ਜੀ ਇਸ ਸਮੂੱਚਾ ਜੋ ਸ਼ਬਦ ਦਾ ਭਾਵ ਹੈ ਉਹ ਇਹੀ ਹੈ ਸਿਰਫ ਇਸੇ ਸ਼ਬਦ ਦਾ ਨਹੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਮੁੱਚਾ ਭਾਵ ਹੈ ਉਹ ਇਹ ਹੈ ਕਿ ਸੰਸਾਰ ਦੇ ਲੋਕਾਂ ਨੂੰ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਕਿਉਂਕਿ ਜੇ ਆਪਾਂ ਕਹੀਏ ਉਦੋਂ ਪਹਿਲਾਂ ਕੀ ਚੱਲਦਾ ਸੀ ਲੋਕ ਕਿਹਦੇ ਨਾਲ ਜੁੜੇ ਹੋਏ ਸਨ ਤਾਂ ਸਤਿਗੁਰੂ ਕਬੀਰ ਜੀ ਨੇ ਕਿਹਾ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਭਗ ਇਹ ਹਰ ਕੇ ਸੰਤਨ ਆਖੀਏ ਬਾਨਾਰਸ ਕੇ ਠਗ ਤੋ ਇਹ ਦੂ ਪਹਿਲਾਂ ਜੋ ਸੰਤਪੁਣਾ ਚੱਲ ਰਿਹਾ ਸੀ ਸਾਧਪੁਣਾ ਚੱਲ ਰਿਹਾ ਸੀ ਜੋ ਮਨਉਤਾਂ ਮਨ ਚੱਲ ਰਹੀਆਂ ਸਨ ਉਹਨਾਂ ਨੂੰ ਤਾਂ ਰਿਜੈਕਟ ਕਰ ਦਿੱਤਾ ਕਬੀਰ ਸਾਹਿਬ ਨੇ ਹੀ ਰਿਜੈਕਟ ਕਰ ਦਿੱਤਾ ਕਿ ਇਹ ਸੰਤ-ਸੰਤ ਕੋਈ ਨਹੀਂ ਹੈਗੇ ਇਹ ਬਨਾਰਸ ਦੇ ਠੱਗ ਨੇ ਤੇ ਆਪ ਲੇਕਿਨ ਉਹ ਅੱਜ ਵੀ ਤੁਰੇ ਫਿਰਦੇ ਨੇ ਅੱਜ ਵੀ ੜਾਰਾਂ ਦੀਆਂ ੜਾਰਾਂ ਤੁਰੀਆਂ ਫਿਰਦੀਆਂ ਨੇ ਤੋ ਬੰਨਦਾ ਉੱਥੇ ਹੀ ਲਾਤਾ ਸੀ ਮਹਾਪੁਰਸ਼ਾਂ ਨੇ ਕਬੀਰ ਸਾਹਿਬ ਨੇ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਆਰਾਧ ਕੇ ਮੰਨ ਕੇ ਆਪਣਾ ਸਭ ਕੁਝ ਮੰਨ ਕੇ ਇਨਾ ਸਾਰਿਆਂ ਨੂੰ ਰਿਜੈਕਟ ਕਰ ਦਿੱਤਾ ਸੀ ਲੇਕਿਨ ਇਸ ਦੇ ਬਾਵਜੂਦ ਵੀ ਅੱਜ ਕਿਉਂ ਤੁਰੇ ਫਿਰਦੇ ਜਗ੍ਹਾ ਜਗ੍ਹਾ ਮਨਉਤਾਂ ਹੋ ਰਹੀਆਂ ਨੇ ਡੇਰੇ ਨੇ ਬਾਬੇ ਨੇ ਹੋਰ ਸਾਧਨ ਸੰਤ ਲੋਕ ਤੁਰੇ ਫਿਰਦੇ ਨੇ ਤੋ ਉਹ ਜਿਹੜੀ ਥਿਉਰੀ ਸੀ ਉਹ ਉਦੋਂ ਹੀ ਰੜਤ ਹੋ ਗਈ ਜਦੋਂ ਕਬੀਰ ਨੇ ਕਹਿ ਦਿੱਤਾ ਕਿ ਇਹ ਬਾਨਾਰਸ ਕੇ ਠੱਗ ਜੇ ਉਹ ਉਦੋਂ ਉਹਨਾਂ ਸਾਧਾਂ ਸੰਤਾਂ ਤੇ ਸਾਧੂਆਂ ਠੱਗਾਂ ਤੇ ਉਹ ਗੱਲ ਲਾਗੂ ਹੁੰਦੀ ਸੀ ਤਾਂ ਅੱਜ ਵੀ ਲਾਗੂ ਆ ਉਹ 아 ਜੋ ਗਲਤ ਨਹੀਂ ਹੋ ਗਈ ਜੋ ਕਬੀਰ ਸਾਹਿਬ ਨੇ 600 ਸਾਲ ਪਹਿਲਾਂ ਕਹਿਤਾ ਉਹ ਸਿਧਾਂਤ ਅੱਜ ਵੀ ਚੱਲ ਰਿਹਾ ਅੱਜ ਉਹ ਕਿਉਂਕਿ ਰਿਜੈਕਟ ਨਹੀਂ ਹੋ ਸਕਦਾ ਬਾਣੀ ਨੂੰ ਕੋਈ ਰਿਜੈਕਟ ਨਹੀਂ ਕਰ ਸਕਦਾ ਹੈ ਕਬੀਰ ਦੀ ਗੱਲ ਨੂੰ ਕੋਈ ਰਿਜੈਕਟ ਨਹੀਂ ਕਰ ਸਕਦਾ ਜੇ ਉਹ ਉਦੋਂ ਕਹਿ ਸਕਦੇ ਨੇ ਇਹ ਇਹ ਹਰ ਕੇ ਸੰਤ ਨ ਆਖੀਏ ਬਾਨਾਰ ਸਕੇ ਠੱਗ ਇੱਕ ਸਿਧਾਂਤ ਇਹ ਗੱਲ ਅੱਜ ਦੇ ਲੋਕਾਂ ਤੇ ਵੀ ਇਹਨਾਂ ਤੇ ਲਾਗੂ ਹੁੰਦੀ ਹੈ ਸੋ ਇਸ ਕਰਕੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਸਰੀਰ ਅਰਧ ਹੈ ਮੋਕੋ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ ਹੇ ਅਕਾਲ ਪੁਰਖ ਬਹਿਗੁਰੂ ਪਰਮੇਸ਼ਰ ਨੂੰ ਕਹਿੰਦੇ ਨੇ ਕਿ ਮੇਰੇ ਅੰਦਰ ਇਹ ਵਿਚਾਰ ਧਾਰਾ ਕੁੱਟ-ਕੁੱਟ ਕੇ ਭਰ ਦੇਵੋ ਕਿ ਉਹ ਜੋ ਰੱਬ ਹੈ ਉਹ ਹਰ ਜਗ੍ਹਾ ਮੌਜੂਦ ਹੈ ਰਵਿਦਾਸ ਸਮਦਲ ਸਮਝਾਵੇ ਕੋ ਸਮਝ ਸਮਦਲ ਦਾ ਮਤਲਬ ਹੈ ਹਰ ਜਗ੍ਹਾ ਉਹ ਕਿਤੇ ਇੱਕ ਡੇਰੇ ਤੇ ਨਹੀਂ ਬੈਠਾ ਉਹ ਇੱਕ ਮੂਰਤੀ ਵਿੱਚ ਨਹੀਂ ਬੈਠਾ ਉਹ ਕਿਤੇ ਇੱਕ ਪੀਰ ਦੀ ਜਗ੍ਹਾ ਤੇ ਨਹੀਂ ਬੈਠਾ ਹੈ ਉਹ ਕਿਤੇ ਇੱਕ ਜਗ੍ਹਾ ਨਹੀਂ ਬੈਠਾ ਹੈ ਉਹ ਹਰ ਜਗ੍ਹਾ ਤੇ ਘਟ ਘਟ ਰਹੋ ਸਮਾਈ ਰਹੇ ਅੰਤਰ ਬਾਹਰ ਸਰਬ ਨਿਰੰਤਰ ਰਬ ਰਹਾ ਪ੍ਰਭ ਸੋਹੇ ਤੋ ਉਹ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਹਰ ਜਗ੍ਹਾ ਤੇ ਮੌਜੂਦ ਹੈ ਹਰ ਜੀਵ ਦੇ ਵਿੱਚ ਮੌਜੂਦ ਹੈ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਇਹ ਮੇਰੇ ਅੰਦਰ ਵਿਚਾਰ ਤੁਸੀਂ ਕੁੱਟ ਕੁੱਟ ਕੇ ਭਰ ਦੇਵੋ ਕਿਉਂਕਿ ਇਸੇ ਸਿਧਾਂਤ ਨੂੰ ਮੈਂ ਪ੍ਰਚਾਰਨਾ ਹੈ ਇਸੇ ਸਿਧਾਂਤ ਨੂੰ ਸੰਸਾਰ ਦੇ ਵਿੱਚ ਲਾਗੂ ਕਰਨਾ ਹੈ ਜਿੰਨਾ ਚਿਰ ਮੇਰਾ ਸਰੀਰ ਹੈ ਸਰੀਰ ਆਰਾਧੇ ਮੋਕੋ ਵਿਚਾਰ ਦੇਹੁ ਇਸ ਵਿਚਾਰ ਦੇ ਨਾਲੋਂ ਮੈਂ ਟੁੱਟਾਂ ਨਾ ਮੇਰੇ ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਾਹ ਚੱਲਦੇ ਨੇ ਉਨਾ ਚਿਰ ਮੈਂ ਇਸ ਵਿਚਾਰ ਧਾਰਾ ਦੇ ਨਾਲੋਂ ਨਾ ਟੁੱਟਾਂ ਚਾਹੇ ਮੇਰੇ ਉੱਤੇ ਕਿੰਨੇ ਵੀ ਦੁੱਖ ਕਲੇਸ਼ ਕਿਉਂ ਨਾ ਆ ਜਾਣ ਚਾਹੇ ਕੋਈ ਮੇਰੇ ਸਰੀਰ ਨੂੰ ਕੱਟ ਵੀ ਦੇਵੇ ਖਤਮ ਵੀ ਕਰ ਦੇਵੇ ਲੇਕਿਨ ਮੈਂ ਉਸ ਇਸ ਵਿਚਾਰ ਦੇ ਨਾਲੋਂ ਨਾ ਟੁੱਟਾਂ ਕਿ ਇੱਕ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਹੀ ਸਾਰਿਆਂ ਦਾ ਰੱਬ ਹੈ ਸਾਰਿਆਂ ਦਾ ਗੁਰੂ ਹੈ ਸਾਰਿਆਂ ਨੂੰ ਪਾਲਣ ਵਾਲਾ ਹੈ ਤੋ ਉਹ ਘਟ ਘਟ ਦੇ ਵਿੱਚ ਸਮਦਲ ਹੈ ਹਰ ਜਗ੍ਹਾ ਮੌਜੂਦ ਹੈ ਉਹ ਗਰੀਬ ਦੇ ਵਿੱਚ ਵੀ ਹੈ ਅਮੀਰ ਦੇ ਵਿੱਚ ਵੀ ਹੈ ਨੀਵੀਂ ਜਾਤ ਵਾਲੇ ਦੇ ਵੀ ਉੱਪਰ ਵਾਲੇ ਦੇ ਉੱਪਰ ਉੱਪਰ ਵਾਲੀ ਜਾਂ ਉੱਚੀ ਜਾਤ ਵਾਲੇ ਦੇ ਵੀ ਉਹ ਤਾਂ ਕਿਸੇ ਤਰ੍ਹਾਂ ਕੋਈ ਬਦਕਾਰ ਨਹੀਂ ਕਰਦਾ ਉਹ ਹਰ ਇੱਕ ਦੇ ਮੌਜੂਦ ਵਿੱਚ ਮੌਜੂਦ ਹੈ ਉਹਦਾ ਉਹ ਕਿਸੇ ਦੇ ਨਾਲ ਛੂਹ ਸਾਤ ਨਹੀਂ ਕਰਦਾ ਉਹ ਗਰੀਬਾਂ ਵਿੱਚ ਵੀ ਬੈਠਾ ਹੈ ਅਮੀਰਾਂ ਦੇ ਵਿੱਚ ਵੀ ਬੈਠਾ ਹੈ ਹਰ ਇੱਕ ਦੇ ਵਿੱਚ ਬੈਠਾ ਹੈ ਇਹ ਅਕਾਲ ਪੁਰਖ ਵਹਿਗੁਰੂ ਮੇਰੇ ਅੰਦਰ ਇਹ ਵਿਚਾਰ ਕੁੱਟ-ਕੁੱਟ ਕੇ ਭਰ ਦੇਵੋ ਜਿੰਨੀ ਦੇਰ ਮੈਂ ਇਸ ਸਰੀਰ ਦੇ ਵਿੱਚ ਬੈਠਾ ਹਾਂ ਇਹ ਜੋ ਸ਼ਬਦ ਹੈ ਇਹਦੇ ਆਪਾਂ ਦੀ ਵਿਚਾਰ ਕੀਤੀ ਹੈ ਵਿਚਾਰ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹਾਂ ਮੈਂ ਰਜਾ ਲੈਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ